ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਉਂ ਤੋਂ। ਅੱਜ ਇੱਕ ਹੋਰ ਖੁਸ਼ਖਬਰੀ ਹੈ ਜੀ, ਵਰੁਣ ਸ਼ਰਮਾ ਜੋ ਕਿ ਅੰਮ੍ਰਿਤਸਰ ਤੋਂ ਨੇ, ਇਹਨਾਂ ਦਾ ਸਟੱਡੀ ਵੀਜ਼ਾ ਆਇਆ ਆਫਟਰ 2 ਰਿਫਿਊਜ਼ਲਸ। ਸੋ ਵਰੁਣ ਨੂੰ ਪੁੱਛਾਂਗੇ ਕਿ ਉਹਨਾਂ ਦੀ ਜਰਨੀ ਵੈਨਿਊਰ ਇੰਗਲਿਸ਼ ਨਾਲ ਕਿੱਦਾਂ ਦੀ ਰਹੀ। ਵਰੁਣ ਸਰ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਵੈਨਿਊਰ ਇੰਗਲਿਸ਼ ਨਾਲ। ਮੇਰੀ ਦੋ ਰਿਫਿਊਜ਼ਲਸ ਆਈਆਂ ਸੀ ਜਿੱਥੋਂ ਮੈਂ ਅੰਮ੍ਰਿਤਸਰ ਤੋਂ ਲਗਵਾਈ ਸੀ ਫਾਈਲ, ਪਰ ਜਿੱਦਾਂ ਹੀ ਮੈਂ ਤੁਹਾਡੇ ਕੰਟੈਕਟ 'ਚ ਆਇਆ, ਮੈਂ ਆਪਣੇ ਫਰੈਂਡ ਨੇ ਮੈਨੂੰ ਰੈਕਮੈਂਡ ਕੀਤਾ ਸੀ ਤੁਹਾਡਾ, ਅਤੇ ਉਸ ਤੋਂ ਬਾਅਦ ਕਾਫੀ ਪੋਜ਼ਿਟਿਵਨੈਸ ਆਈ ਅਤੇ ਆਪਣੇ ਵੱਲੋਂ ਮੈਂ ਇੱਕ ਹੋਪ ਹੀ ਛੱਡ ਚੁੱਕਾ ਸੀਗਾ, ਬਟ ਮੇਰਾ ਵੀਜ਼ਾ ਆਉਣ 'ਤੇ ਮੈਂ ਬਹੁਤ ਹੀ ਖੁਸ਼ ਹਾਂ ਅੱਜ। ਮੈਨੀ ਮੈਨੀ ਕੰਗ੍ਰੈਚੁਲੇਸ਼ਨ ਮੈਡਮ, ਤੁਸੀਂ ਕੀ ਕਹਿਣਾ ਚਾਹੋਗੇ? ਵਧੀਆ ਰਿਹਾ ਜੀ, ਪਹਿਲੀ ਵਾਰੀ ਆਏ ਹੋ ਤੁਸੀਂ ਤਾਂ ਸਾਡੇ ਆਫਿਸ ਨਾ। ਸੋ ਸਾਰੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਹਾਂਗਾ, ਅਗਰ ਤੁਹਾਡਾ ਰਿਫਿਊਜ਼ਲ ਆ ਚੁੱਕਾ, ਮਲਟੀਪਲ ਰਿਫਿਊਜ਼ਲਸ ਵੀ ਹੈ, ਤਾਂ ਇੱਕ ਵਾਰ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ। ਸੋ ਅਸੀਂ ਤੁਹਾਡੀ ਫਾਈਲ ਲਈ ਵਰਕਆਊਟ ਕਰ ਸਕੀਏ ਔਰ ਵਿਲ ਬ੍ਰਿੰਗ ਦ ਪੋਜ਼ਿਟਿਵ ਰਿਜ਼ਲਟ ਫੋਰ ਯੂ। ਸੋ ਵੀਜ਼ਾ ਦੇਖੋ, ਅਗਰ ਇੱਕ ਰਿਫਿਊਜ਼ਲ ਵੀ ਟੈਕਲ ਕਰਨਾ ਬੜਾ ਮੁਸ਼ਕਿਲ ਹੁੰਦਾ। ਇਹਨਾਂ ਦੇ ਦੋ ਸੀਗੇ ਮੇਨ, ਇਹਨਾਂ ਦਾ ਜਿਹੜਾ ਲੂਪ ਹੋਲ ਸੀਗਾ, ਇਹਨਾਂ ਦੀ ਐੱਸ ਓ ਪੀ 1.5 ਪੇਜ ਦੀ ਐੱਸ ਓ ਪੀ ਸੀਗੀ, ਔਰ ਉਹਦੇ ਵਿੱਚ ਇਹਨਾਂ ਦੀ ਐੱਸ ਓ ਪੀ ਦੇ ਵਿੱਚ ਕਿਸੇ ਹੋਰ ਦਾ ਫਾਈਲ ਨੰਬਰ ਸੀਗਾ। ਦੈਟ ਮੀਨਸ ਕਿ ਜਿਹੜਾ ਵੀ ਇਹਨਾਂ ਦਾ ਕੰਸਲਟੈਂਟ ਸੀ ਉਹ ਇੰਨਾ ਸੰਸੀਅਰ ਨਹੀਂ ਸੀ, ਉਹਦੀਆਂ ਐਫਰਟ ਸੰਸੀਅਰ ਨਹੀਂ ਸੀਗੀਆਂ। ਬਹੁਤ ਸਾਰੇ ਸੈਂਟਰਸ 'ਤੇ ਦੇਖਿਆ ਗਿਆ ਕਿ ਕੰਸਲਟੈਂਟਸ ਜਿਹੜੀਆਂ ਹੁੰਦੀਆਂ ਉਹੀ ਵੀਜ਼ਾ ਫਾਈਲਿੰਗ ਕਰ ਦਿੰਦੀਆਂ, ਕਾਪੀ ਪੇਸਟ ਕੀਤੀ ਐੱਸ ਓ ਪੀ। ਜਿਸ ਤਰ੍ਹਾਂ ਤੁਹਾਡੀ ਐੱਸ ਓ ਪੀ ਦੇ ਵਿੱਚ ਰੋਂਗ ਐਪਲੀਕੇਸ਼ਨ ਨੰਬਰ ਦਾ ਹੋਣਾ ਇੱਕ ਬਹੁਤ ਵੱਡਾ ਡਿਮੈਰਿਟ ਹੈਗਾ, ਵੀਜ਼ਾ ਆਫਿਸਰ ਦੇਖਦਾ ਕਿ ਇਹ ਤਾਂ ਕਾਪੀ ਪੇਸਟ ਵਾਲਾ ਸਿਸਟਮ ਹੈਗਾ, ਤਾਂ ਸਿੱਧਾ ਹੀ ਨਿਗਲੈਕਟ ਹੋ ਜਾਂਦੀ ਫਾਈਲ। ਸੋ ਅਸੀਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਰੈਕਟੀਫਾਈ ਕੀਤੀਆਂ। ਇਹਨਾਂ ਦੀ ਸਿਸਟਰ ਕੈਨੇਡਾ ਹੈ, ਪਹਿਲਾਂ ਉਹ ਡਿਸਕਲੋਜ਼ ਨਹੀਂ ਕੀਤਾ ਸੀ ਕਿ ਇਹਨਾਂ ਦੀ ਸਿਸਟਰ ਹੈ ਕਿ ਨਹੀਂ, ਕੈਨੇਡਾ ਦੇ ਵਿੱਚ ਦੱਸਿਆ ਨਹੀਂ ਸੀਗਾ। ਅਸੀਂ ਇੱਕ ਇੱਕ ਚੀਜ਼ ਨੂੰ ਸਹੀ ਸਟ੍ਰੀਮਲਾਈਨ ਕਰਕੇ ਅੱਜ ਵੀਜ਼ਾ ਤੱਕ ਅਸੀਂ ਪਹੁੰਚ ਚੁੱਕੇ ਹਾਂ। ਸੋ ਮੈਨੀ ਮੈਨੀ ਕੰਗ੍ਰੈਚੁਲੇਸ਼ਨ ਜੀ ਅਗੇਨ। ਸੋ ਜਿਹੜੇ ਵੀ ਸਟੂਡੈਂਟ ਜਾਂ ਉਹਨਾਂ ਦੇ ਪੇਰੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਕੈਨੇਡਾ ਦਾ ਵੀਜ਼ਾ, ਤਾਂ ਜ਼ਰੂਰ ਇੱਕ ਵਾਰ ਮਿਲੋ, ਕਾਲ ਅਸ ਐਟ ਦ ਗਿਵਨ ਨੰਬਰਸ ਔਰ ਵਿਜ਼ਿਟ ਆਰ ਸੈਂਟਰ। ਥੈਂਕ ਯੂ।